ਮੈਂ ਹਰਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਗੰਭੀਰ ਮੁੱਦੇ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ, ਲੇਕਿਨ ਇਸ ਮੁੱਦੇ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਨਜ਼ਰ ਜਿਹੜੀ ਹੈ ਵੀਡੀਓ ਦੇ ਉੱਤੇ ਪਾ ਲਓ, ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਅਸੀਂ ਕਿਸ ਮੁੱਦੇ ਦੇ ਉੱਤੇ ਔਰ ਕੀ ਗੱਲ ਕਰਨ ਜਾ ਰਹੇ ਹਾਂ। ਜ਼ਰਾ ਇੱਕ ਨਜ਼ਰ ਵੀਡੀਓ ਦੇ ਉੱਤੇ ਦੇਖੀਏ। ਆਹ ਹੈ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਿੱਥੇ ਕਿ ਨਸ਼ਿਆਂ ਦੇ ਵਿਰੁੱਧ ਦੌੜ ਹੋ ਰਹੀ ਹੈ ਔਰ ਸ਼ਹਿਰ ਦੇ ਕਈ ਬੰਦੇ ਇਸ ਦੌੜ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹਨ। ਇੱਥੇ ਤੁਸੀਂ ਦੇਖ ਰਹੇ ਹੋ ਕਿ ਮੀਡੀਆ ਨੇ ਵੀ ਇਹਦੇ ਵਿੱਚ ਕਾਫੀ ਪਾਰਟਿਸਪੇਸ਼ਨ ਕੀਤੀ ਹੈ ਰਨ ਅਗੇਂਸਟ ਡਰੱਗ ਦੇ ਵਿੱਚ, ਜਿਨ੍ਹਾਂ ਨੂੰ ਕਿ ਸਨਮਾਨਿਤ ਕੀਤਾ ਜਾ ਰਿਹਾ ਹੈ। ਪੁਲਿਸ ਪਾਰਟ ਹੈ ਉਹ ਮਿਲ ਕੇ ਆਪਾਂ ਡਿਮਾਂਡ ਸਾਈਡ ਨੂੰ ਹੈਂਡਲ ਕਰ ਰਹੇ ਹਾਂ। ਸਪਲਾਈ ਸਾਈਡ ਇਜ਼ ਅ ਪਿਓਰ ਪੁਲਿਸ ਵਰਕ। ਜੋ ਬੰਦਾ ਨਸ਼ਾ ਲੈਂਦਾ ਹੈ ਆਪਣੇ ਲਈ, ਜੋ ਨਸ਼ਾ ਦੇ ਉੱਤੇ ਨਿਰਭਰ ਹੋ ਗਿਆ ਹੈ, ਉਸ ਬੰਦੇ ਲਈ ਉਹ ਬੰਦਾ ਪੁਲਿਸ ਦਾ ਟਾਰਗੇਟ ਨਹੀਂ ਹੈ। ਉਹਨਾਂ ਨੂੰ ਆਪਾਂ ਇਸ ਮੁਹਿੰਮ ਦੇ ਤਹਿਤ, ਇਸ ਨਈ ਜਾਗਰੂਕਤਾ ਦੇ ਤਹਿਤ ਆਪਾਂ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਪਹੁੰਚਾਉਣਾ ਹੈ, ਨਾ ਕਿ ਜੇਲ੍ਹ ਜਾਂ ਥਾਣੇ ਦੇ ਵਿੱਚ। ਕਿ ਇਹ ਹੁਣ ਦੌੜ ਹੋਈ ਹੈਗੀ ਹੈ ਇਹਦੇ ਨਸ਼ਿਆਂ ਦੇ ਵਿਰੁੱਧ, ਤੁਸੀਂ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ ਹੈ, ਤੁਹਾਡੇ ਅਦਾਰਿਆਂ ਨੇ ਵੀ ਬਹੁਤ ਵੱਡਾ ਰੋਲ ਪਲੇ ਕੀਤਾ ਹੈ, ਅੱਗੇ ਕੋਈ ਇੱਦਾਂ ਦਾ ਕੋਈ ਹੋਰ ਕੁਛ ਕਰਨ ਦਾ ਤੁਹਾਡਾ ਹੈ? ਤਿਆਰ ਹੋ ਗਏ। ਅੱਛਾ, ਇਹ ਵਾਲੀ ਦੌੜ ਦਾ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਕਿੱਦਾਂ ਹੈ? ਲੋਕਾਂ ਨੂੰ ਮੈਸੇਜ ਆਉਂਦਾ ਹੈਗਾ ਕਿ ਵੀ ਜਿਹੜੇ ਨਸ਼ੇ ਦੇ ਨਾਲ ਰਿਕਾਰਡ ਕਰੀਏ, ਸਾਡੇ ਬੱਚੇ ਜਿਹੜੇ ਨਸ਼ੇ ਪਾਸੇ ਨਾ ਜਾਣ, ਅਤੇ ਜਿਹੜੇ ਪੰਜਾਬ ਸਾਰਾ ਹੋਰ ਬਹੁਤ ਕੀਤੇ ਜਾਵੇ। ਸਾਡੇ ਪੰਜਾਬੀ ਅਸੀਂ ਮਿਹਨਤੀ ਤਾਂ ਪਹਿਲਾਂ ਹੀ ਬਹੁਤ ਹੈਗੇ ਜੀ, ਸਾਡੇ ਕਿ ਖੇਤੀਬਾੜੀ ਜਾਂ ਇੱਥੇ ਇੰਡਸਟਰੀ ਜਾਂ ਹੋਰ ਸਪੋਰਟਸ ਵਗੈਰਾ ਜਾਂ ਹੈਂਡ ਟੂਲਸ ਸ਼ੂਜ ਵਗੈਰਾ, ਜਿਹਨਾਂ 'ਚ ਪੰਜਾਬ ਖੁਦ ਉੱਪਰ ਹੈ, ਅਸੀਂ ਚਾਹੁੰਦੇ ਕਿ ਵੀ ਇੰਡਸਟਰੀ ਨੂੰ ਉੱਪਰ ਲੈ ਕੇ ਜਾਈਏ ਅਤੇ ਪੰਜਾਬ ਤੋਂ ਕਿਤੇ। ਔਰ ਤੁਸੀਂ ਆਪਣੀ ਯੂਨੀਵਰਸਿਟੀ ਵਿੱਚ ਵੀ ਕਿਸੇ ਤਰੀਕੇ ਦੇ ਸੈਮੀਨਾਰਸ ਵਗੈਰਾ ਅਰੇਂਜ ਕਰਦੇ ਰਹਿੰਦੇ ਹੋ? ਬਹੁਤ ਕਰਦੇ ਰਹਿੰਦੇ, ਸਾਡਾ ਸਟੇਟ ਲੈਵਲ ਦਾ ਫੰਕਸ਼ਨ ਪੂਰੇ ਪਿਛਲੇ ਮਹੀਨੇ ਹੋ ਕੇ ਹਟਿਆ, ਪੰਜਾਬ ਲੈਵਲ ਦਾ ਸਟੇਟ ਫੰਕਸ਼ਨ ਸਾਡੀ ਯੂਨੀਵਰਸਿਟੀ ਦੇ ਅੰਦਰ ਹੋਇਆ, ਅਤੇ ਉਹਨਾਂ 'ਚ ਵੀ ਮੇਨ ਜਾਗਰੂਕ ਅਸੀਂ ਬੱਚਿਆਂ ਨੂੰ ਇਹ ਕਰਦੇ ਹਾਂ ਕਿ ਨਸ਼ੇ ਤੋਂ ਜਿੰਨਾ ਦੂਰ ਰਹੋਗੇ ਤੁਸੀਂ ਆਪਣੇ ਪਰਿਵਾਰ ਦਾ, ਆਪਣੇ ਲਈ ਅਤੇ ਸਭ ਲਈ ਬਹੁਤ ਅੱਛਾ ਸੰਦੇਸ਼। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਫੀਮੇਲ ਹੋਣੇ ਕੇ ਨਾਤੇ ਆਪਨੇ ਇਸਮੇ ਹਿੱਸਾ ਲਿਆ ਰਨ ਅਗੇਂਸਟ ਡਰੱਗ ਮੇ, ਆਪਕੋ ਕੈਸਾ ਲਗਾ ਔਰ ਆਪ ਕਿਆ ਮੈਸੇਜ ਦੇਣਾ ਚਾਹਤੇ ਹੈ ਐਜ਼ ਅ ਫੀਮੇਲ, ਕਿਉਂਕਿ ਜ਼ਿਆਦਾ ਅਬ ਐਸਾ ਹੈ ਜੇ ਫੀਮੇਲਸ ਮੇ ਵੀ ਇਹ ਨਸ਼ਾ ਘਰ ਕਰ ਚੁੱਕਾ, ਇਸਕੇ ਬਾਰੇ ਮੈਂ ਆਪਕੋ ਮੈਸੇਜ ਦੇਣਾ ਚਾਹਤੇ ਹੈਂ? ਮੈਂ ਇਹ ਕਹਿਣਾ ਚਾਹੂੰਗੀ ਕਿ ਫੀਮੇਲਸ ਹੋਤੀ ਹੈ ਨਾ, ਉਨਸੇ ਘਰ ਸੰਭਾਲਨੇ ਕੇ ਲੀਏ ਹਮੇਸ਼ਾ ਕਹਾ ਜਾਤਾ ਹੈ, ਲੇਕਿਨ ਆਈ ਗੈਸ ਫੀਮੇਲਸ ਸਿਰਫ ਘਰ ਸੰਭਾਲਨੇ ਕੇ ਲੀਏ ਨਹੀਂ ਹੋਤੀ, ਵੋ ਸੋਸਾਇਟੀ ਕੋ ਵੀ ਸੰਭਾਲ ਸਕਤੀ ਹੈ। ਮੈਂ ਆਪਣੀ ਰਨ ਸੇ ਸਿਰਫ ਯਹੀ ਕਹਿਣਾ ਚਾਹੂੰਗੀ ਕਿ ਹਮ ਕਿਸੇ ਵੀ ਚੀਜ਼ ਸੇ ਫੀਲਿੰਗ ਸਵੇਰਾ ਤੋਂ ਵਿਜੇ ਹਮੇ ਪ੍ਰੂਫ ਕਰਨੇ ਕੀ ਜ਼ਰੂਰਤ ਨਹੀਂ ਹੈ, ਲੇਕਿਨ ਇਹ ਸਭ ਚੀਜ਼ੇ ਕਰਕੇ ਹਮ ਐਟਲੀਸਟ ਆਪਣੇ ਆਪ ਕੋ ਆਗੇ ਲੈ ਕੇ ਆ ਸਕਦੇ। ਇਹ ਸਭ ਚੀਜ਼ੇ ਬਹੁਤ ਗਲਤ ਹੈ, ਅਗਰ ਆਜ ਨਹੀਂ ਤੋ ਕੱਲ ਹਮ ਪਛਤਾਏਂਗੇ, ਅਗਰ ਆਪਣੇ ਲਈ ਨਹੀਂ ਤੋ ਕਮ ਸੇ ਕਮ ਆਪਣੀ ਫੈਮਿਲੀ ਕੇ ਲੀਏ ਤੋ ਸੋਚੀਏ। ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਅੱਛੀ ਲੱਗੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਸ਼ੇਅਰ ਵੀ ਕਰੋ, ਲਾਈਕ ਵੀ ਕਰੋ ਤੇ ਕਮੈਂਟ ਵੀ ਕਰੋ। ਮਸਲਾ ਇੱਕੋ ਹੀ ਖੜਾ ਹੁੰਦਾ ਹੈਗਾ ਆ, ਸਵਾਲ ਇੱਕੋ ਹੀ ਖੜਾ ਹੁੰਦਾ ਹੈਗਾ ਆ ਜਿਹਦੇ ਬਾਰੇ ਹੁਣ ਗੌਰ ਕਰਨ ਦੀ ਜ਼ਰੂਰਤ ਹੈਗੀ ਹੈ। ਕੀ ਸਵਾਲ ਹੈ ਉਹ ਕਿ ਕੀ ਹੁਣ ਪੰਜਾਬ ਇਸ ਜਗ੍ਹਾ ਦੇ ਉੱਤੇ ਅਖਾੜਾ ਹੋ ਗਿਆ ਕਿ ਪੰਜਾਬ ਦੇ ਹਾਲਾਤ ਜਿੱਥੇ ਕਿ ਇਹ ਮੰਨਿਆ ਜਾਂਦਾ ਸੀਗਾ ਕਿ ਪੰਜਾਬ ਜਿਹੜਾ ਹੈਗਾ ਆ ਬੜਾ ਇੱਕ ਸੰਪੰਨ ਸਟੇਟ ਹੈ, ਪੰਜਾਬ ਇੱਕ ਬੜਾ ਅਮੀਰ ਰਾਜ ਹੈ, ਉਸ ਦਾ ਹੁਣ ਇਹ ਹਾਲ ਹੋ ਗਿਆ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹਦੇ ਉੱਤੇ ਬਹੁਤ ਗੰਭੀਰਤਾ ਦੇ ਨਾਲ ਸੋਚਣ ਅਤੇ ਐਕਸ਼ਨ ਲੈਣ ਦੀ ਜ਼ਰੂਰਤ ਹੈ, ਸਰਕਾਰ ਵੱਲੋਂ ਵੀ ਅਤੇ ਪਬਲਿਕ ਵੱਲੋਂ ਵੀ। ਇਸੇ ਤਰ੍ਹਾਂ ਦੇ ਹੀ ਕਈ ਹੋਰ ਮੁੱਦੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਹੁਣ ਸਾਨੂੰ ਦਿਓ ਇਜਾਜ਼ਤ, ਬਹੁਤ ਬਹੁਤ ਮਿਹਰਬਾਨੀ।